6 ਵਜੇ ਤੁਰਨਾ ਸੀ ਤੇ ਟਾਈਮ ਹੋ ਗਿਆ ਸਮਾਂ 7 ਆ ਬਾਗੜ ਬਿਲੇ ਜੀ ਨੇ ਲੇਟ ਕੀਤਾ ਸਾਨੂੰ ਪਹਿਲਾਂ ਬਣਿਆ ਮੇਰੇ ਤੇ ਜੱਗੀ ਦਾ ਪ੍ਰੋਗਰਾਮ ਤੇ ਜਾਣ ਲੱਗਿਆ ਤੇ ਬੱਗੇ ਦਾ ਫੋਨ ਆਇਆ ਕਹਿੰਦਾ ਮੈਂ ਵੀ ਤਿਆਰ ਹੋ ਗਿਆ ਬਸ ਤੇ ਲੈ ਕੇ ਚੱਲਦੇ ਅੱਜ ਤੁਹਾਨੂੰ ਲਚਕਾਣੀ ਪਿੰਡ ਪਾਲ ਖਰੋੜ ਵੀਰ ਦੇ ਕੋਲ ਇੱਥੇ ਭਾਊ ਸਾਹਿਬ ਆਪਣੇ ਛਾਨੇ ਵਾਲ ਹੈਪੀ ਤੇਰੇ ਕੀ ਨਾਮ ਹੋਏ ਦੁਕਾਨ ਦਾ ਤੇ ਉਹ ਆਉਂਦੇ ਆ ਵਿਖਾਉਣੀ ਆ ਉਹ ਆਉਂਦੇ ਆ ਵਿਖਾ ਦਿਓ ਹਾਂ ਇਹ ਵੀਰ ਦੀ ਖਾਸੀਅਤ ਇਹ ਆ ਵੀ ਸਾਡਾ ਲੰਗਰ ਵਾਲਾ ਪੜਾ ਇੱਥੇ ਹੁੰਦਾ ਜਦੋਂ ਐਦੀ ਲੰਘੀ ਹੈ ਤੇ ਫਲਾਈਓਵਰ ਦੇ ਉੱਤੇ ਸਾਦ ਲਿਆ ਟਾਈਮ ਥੋੜਾ ਸੀ ਤੂੰ ਇਹਨੂੰ ਮਾਮਾ ਹਲਕਾ ਫੁਲਕਾ ਕਿਹਾ ਸੀ ਤੂੰ ਗੱਭਰੂ ਨੇ ਪਾਰਤਾ ਲਫਾਫਾ ਨੈਪਕਿਨ ਨਾਲ ਸਮੋਸੇ ਖਾਣ ਡਏ ਆ ਛਾਨੇ ਵਾਲੋਂ ਤੇ ਕਿਤੇ ਤੇਲ ਲੱਭਦਾ ਹੀ ਨੀ ਪਤਾ ਨੀ ਕਾਹਦੇ ਚ ਤਲ ਲੈਂਦੇ ਨੇ ਕਿਤੇ ਰੇਤਾ ਚ ਲੱਗਦੇ ਕਰਤਾ ਕੰਮ ਮੈਨੂੰ ਫੜਾਉਣ ਡਿਆ ਵਾ ਹਾਂਜੀ ਦੋਵੇਂ ਪਾਸੇ ਸਕਚੈਨਾ ਲੱਗੀਆਂ ਰੋਡ ਤੇ ਤੇ ਕਿਆ ਨਜ਼ਾਰਾ ਏ ਫੀਲ ਆਉਂਦਾ ਵੇਖ ਕੇ ਪਤਾ ਨੀ ਕਿੱਥੇ ਫਿਰਨ ਡਏ ਹੈ ਤੇ ਆਪਣਾ ਰੰਗਲਾ ਪੰਜਾਬ ਹੀ ਆ ਰੰਗ ਵੀ ਹੁਣ ਪੂਰਾ ਰਹਿ ਨਾ ਰੰਗ ਉਦੋਂ ਫਿੱਕਾ ਪਿਆ ਸੀ ਥੋੜ੍ਹਾ ਜਿਹਾ ਮੀਂਹ ਮੂੰਹ ਪਏ ਆ ਮੈਂ ਗੱਲ ਸਕਚੈਨਾ ਦੀ ਕਰਨੀ ਸੀ ਅੱਗੇ ਤਰੇਕਾਂ ਆ ਗਈਆਂ ਨਹੀਂ ਵੀਰ ਜੀ ਸਭ ਚੜ੍ਹਦੀ ਗੱਲ ਆ ਬਸ ਤੁਸੀਂ ਆਪਣੇ ਕਰੋ ਜਿਹੜੀ ਜਾਣਾ ਕੰਮ ਦੇ ਆਪਾਂ ਜਦੋਂ ਵੀ ਕਿਤੇ ਤੁਸੀਂ ਉੱਧਰ ਆਓ ਅੰਮ੍ਰਿਤਸਰ ਵੱਲ ਨੂੰ ਵੀਰ ਨੂੰ ਯਾਦ ਕਰੋ ਕੋਈ ਵੀ ਉੱਧਰ ਕੰਮ ਹੋਵੇ ਇਹ ਆ ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੀਡੀਓ ਤੁਸੀਂ ਵੇਖਦੇ ਹੋਗੇ ਯੂਟਿਊਬ ਤੇ ਵੀਰ ਜਿਹੜੇ ਬੰਧੂਆ ਮਜ਼ਦੂਰ ਆ ਧੱਕੇ ਨਾਲ ਲੋਕਾਂ ਨੇ ਰੱਖੇ ਹੁੰਦੇ ਉਹਨਾਂ ਨੂੰ ਛਡਾ ਕੇ ਲਿਆਉਂਦੇ ਆ ਤੇ ਉਹ ਵਾਸਤੇ ਯਾਨੀ TRP ਵਾਸਤੇ ਕੋਈ ਵੀਡੀਓ ਨਹੀਂ ਪਾਉਂਦੇ ਜੇ ਵੀਡੀਓ ਪਾ ਦੇਣ ਨਾ ਜਿਹੜੀਆਂ ਆਪਾਂ ਇਹਨਾਂ ਨੇ ਸਾਨੂੰ ਵਿਖਾਈਆਂ ਵੀ ਕਿੱਦਾਂ ਕੀੜੇ ਪਏ ਲੋਕਾਂ ਦੇ ਅਤੇ ਇੱਥੇ ਉਹੋ ਹੀ ਬਾਅਦ 'ਚ ਆਪਾਂ ਇੱਥੇ ਵੀਰ ਵੇਖਿਆ ਜਿਹੜੇ ਚੰਗੇ ਭਲੇ ਰਾਜੀ ਹੋਏ ਆ ਅਤੇ ਨਜ਼ਾਰੇ ਲੈਂਦੇ ਆ ਬੜਾ ਸੋਹਣਾ ਅਜੇ ਨਵੀਂ ਬਿਲਡਿੰਗ ਅਜੇ ਸ਼ੁਰੂ ਹੋਈ ਆ ਅਤੇ ਸਾਨੂੰ ਵੀ ਆਪਾਂ ਵੀ ਕੋਈ ਦਸਵੰਧ ਦੇਣ ਆਏ ਹਾਂ ਇਹ ਜਿੰਨੇ ਵੀ ਪ੍ਰਾਣੀ ਅੰਦਰ ਬੈਠੇ ਸੀ ਇਹਨਾਂ 'ਚੋਂ ਕੁਝ ਦੀਆਂ ਆਪਾਂ ਪੁਰਾਣੀਆਂ ਤਸਵੀਰਾਂ ਜਾਂ ਵੀਡੀਓ ਵਿਖਾਈਆਂ ਵੀਰ ਨੇ ਇੰਨੀ ਕੁ ਤਰਸਯੋਗ ਹਾਲਤ ਸੀ ਨਾ ਕੀੜਿਆਂ ਨਾਲ ਕਿਸੇ ਦੇ ਕਿਤੇ ਕਿਸੇ ਦੇ ਕਿਤੇ ਇਹਨੇ ਜ਼ਿਆਦਾ ਕੀੜੇ ਪਏ ਮੈਂ ਵੇਖਿਆ ਨਹੀਂ ਜਾ ਸਕਦਾ ਅਤੇ ਹੁਣ ਸਾਰੇ ਵਧੀਆ ਸੇਵਾ ਕਰਕੇ ਸੰਸਥਾ ਦੇ ਵੀਰਾਂ ਨੇ ਇਹਦੇ ਨੌਂ ਵਾਰ ਨੌਂ ਕੀਤੇ ਹੋਏ ਆ ਅਤੇ ਪੂਰੀ ਚੜ੍ਹਦੀ ਕਲਾ ਜਿਹਾ ਸਾਰੇ ਵੀਰ ਦਾ ਯੂਟਿਊਬ ਚੈਨਲ ਆ ਪਾਲ ਖਰੋੜ ਕਰਕੇ ਉੱਥੇ ਤੁਸੀਂ ਜਾ ਕੇ ਵੇਖ ਸਕਦੇ ਜੀ ਕਿੱਦਾਂ ਘਰਾਂ 'ਚ ਗੁਲਾਮ ਬਣਾ ਕੇ ਰੱਖੇ ਮਜ਼ਦੂਰ ਇਹ ਛਡਾ ਕੇ ਲਿਆਉਂਦੇ ਆ ਅਤੇ ਉਹਨਾਂ ਨੂੰ ਘਰੋ ਘਰੀ ਪਹੁੰਚਾਉਣ ਦਾ ਕੰਮ ਕਰਦੇ ਆ ਗੱਲ ਕਾਂਡਿਆ ਹਾਂ ਜੱਗੀ ਮੈਂ ਹਾਂ ਜੀ ਬਿਲਡਿੰਗ ਬਣਨੀ ਆ ਹਨਾ ਪਰ ਜਿਹੜੀ ਆਹ ਜਿੰਨਾ ਇਹਨੇ ਬਣਾਇਆ ਜਿਹੜੀ ਇਹਦੇ 'ਚ ਇੱਕ ਫੀਲਿੰਗ ਜੀ ਆ ਇੱਕ ਸਕੂਨ ਜਿਹਾ ਹਾਂ ਇਹ ਆ ਸ਼ਾਂਤੀ ਜੀ ਬੜੀ ਆ ਹਾਂ ਮਤਲਬ ਜਿੱਦਾਂ ਕੁਦਰਤ ਦੀ ਗੋਦ ਜੀ 'ਚ ਬੰਦਾ ਬੈਠਾ ਹੋਵੇ ਉਹਦਾ ਹੁੰਦਾ ਹਾਂ ਮੈਂ ਤਾਂ ਹੁਣ ਚੱਲੀ ਆਪਾਂ ਉਹ ਕਿਉਂ ਇਹ ਆ ਜੀ ਸੰਸਥਾ ਦਾ ਦਫ਼ਤਰ ਅਤੇ ਅਜੇ ਸਾਰਾ ਟੈਂਪਰੇਰੀ ਕੰਮ ਹੈ ਪਰ ਬੜਾ ਇਹਦੇ ਥੱਲੇ ਬਹਿ ਕੇ ਸਕੂਨ ਜਿਹਾ ਮਿਲਦਾ ਸ਼ਾਇਦ ਇਹਨਾਂ ਉਹ PVC ਦੇ ਟਾਈਲਾਂ ਵਾਲੇ ਕਮਰੇ 'ਚ ਬਹਿ ਕੇ ਨਾ ਮਿਲੇ ਜਿੰਨਾ ਇੱਥੇ ਠੰਡਕ ਜੀ ਮਹਿਸੂਸ ਹੋਣ ਡਈ ਆ ਅਤੇ ਜਿੰਨਾ ਆਪਣਾ ਪੰਜਾ ਲੱਗਦਾ ਆ ਚੀਜ਼ਾਂ ਦੇ ਵਿੱਚ ਆ ਕਿਲਪ੍ਰੀਤ ਹੋਣਾ ਵੀ ਅੱਜ ਹੀ ਵੱਜਣਾ ਸੀ ਹੁਣ ਇਹਨੂੰ ਕੱਢ ਕੇ ਰਾਹ ਬੰਦ ਕੀਤੇ ਜਾਣਗੇ ਜੱਗੀ ਦੇ ਬੱਗੇ ਨੂੰ ਜਦੋਂ ਇਹਨਾਂ ਖਬਰ ਜੀ ਵੇਖੀ ਨਾ ਭਗਵੰਤ ਮਾਨ ਦਾ ਵਿਆਹ ਵਾ ਤੇ ਉਹ ਮਾਮੇ ਹੈਲੋ ਉਹ ਉੱਥੇ ਵਧਾਈ ਦੇਣ ਚ ਲੱਗੇ ਪੋਸਟਰ ਤੇ ਨੰਬਰ ਨੋਟ ਕਰੀ ਇੱਕ ਹੈਪੀ ਸਾਨੂੰ ਕਹਿੰਦਾ ਵੀ ਤੁਹਾਨੂੰ ਕੁਲਚੇ ਖਵਾਉਣੇ ਤੇ ਉਹ ਇੱਧਰ ਕੁਲਚੇ ਇਹਨਾਂ ਨੂੰ ਕਹਿੰਦੇ ਆ ਕੁਲਚਪ੍ਰੀਤ ਪਤਾ ਨਹੀਂ ਕੀ ਲੈ ਆਇਆ ਦੀ ਖੁਸ਼ੀ ਜੀ ਪ੍ਰੋਗਰਾਮ ਰੱਖਿਆ ਗਿਆ ਭਗਵੰਤ ਮਾਨ ਦੇ ਆਹ ਥਗਨ ਲੈ ਆਇਆ ਲੱਗਦਾ ਮੈਨੂੰ ਕੀ ਹਾਲ ਜੀ ਰੱਖੋ ਉੱਥੇ
तेन ज्यादा चाह मैं तो डब्बे चुके है नहीं नहीं हाँ इनी भूख नहीं तू जिन्ना उपराला करता तू मेरा नु जरूरी ब्रेड जे खवाने ही हां ओ कल्ले कल्ले नु एक कहूंगा नहीं नहीं ये पहला एक को खोलदा नु बाद में ठंडा है तो ये खोल दो इधर किदा एको जा एको ही तो तू ही खोल दो ना दे तू ही सारे गोली ले नुकरा वाला ले आना एक दा कई ले आने हुन बड ले बाकी आ टैगे जे कई होंगे थल्ले वाले च लागा नहीं आउच आई च ज्यादा ही माल हो मटर मुटर जे ज्यादा दे हंडे च क्या बात है कमाल तुहानू ये सलाह वा कि तुम महीना लाओ पहला किसी दे नाल बेस तरीफ हैगी बेस दी दा बेस ना बना के उतों दी टायर नगाता हुंदा ਜਗੀ ਤੂੰ ਦੱਸ ਕਿਦਾਂ ਦਾ ਲੱਗਾ ਤੈਨੂੰ ਬੇਸ ਮੈਂ ਤੇ ਉਹ ਵੀ ਬੇਸ ਲਗਭਗ ਗਚਕ ਤੋਂ ਥੋੜਾ ਜਿਹਾ ਪੋਲਾ ਵਾ ਤੇ ਬਸ ਲੂਣ ਪਾਇਆ ਉਹਦੇ ਚ ਹਾਂ ਕਿਦਾਂ ਕਿਦਾਂ ਮੈਂ ਹਾਂ ਦੇ ਦੋ ਵੀ ਧੋ ਕੇ ਦੋਰੇ ਵੇਚ ਦੇ ਕੋਕੋ ਪੀਜ਼ਾ ਕੀ ਨਾ ਹੈ ਜੋ ਪੀਜ਼ਾ ਜੋ ਇਹਨੂੰ ਜੋ ਜੋ ਵੀ ਕਹਿ ਲਓ ਘੱਟ ਹੀ ਆ ਜੋ ਜੋ ਵੀ ਆ ਪੀਜ਼ਾ ਨਹੀਂ ਆ बहुत ही बगे बहुत ही कालिया पैन दियां इन्हें चोनिया गाइया गाइया ना मेरी भगवंत मान आप आया चल के बेनती कर दिया सवेरे पहुंचो जरूर ਹਾਂ ਸਾਡਾ ਕੰਮ ਹੀ ਆ ਨਾ ਇਹਨਾਂ ਪੱਗ ਬਣਾਉਣੀ ਸਵੇਰੇ ਹੈਪੀ ਕੋਲੋਂ ਆਵਾਂਗੇ ਆਵਾਂਗੇ ਬਾਬਾ ਠੀਕ ਆ ਹੈਪੀ ਨੇ ਸਾਨੂੰ ਜਿਹੜੇ ਪੀਜ਼ੇ ਖਵਾਏ ਸੀ ਉਹ ਨਹੀਂ ਬਣੇ ਲੱਗਣ ਦੇ ਪਰ ਹਵੇਲੀ 'ਚ ਆਪਾਂ ਫਿਰ ਰੁਕ ਗਏ ਹਾਂ ਜੱਗੀ ਅਤੇ ਬੱਗਾ ਇਹਨਾਂ ਨੂੰ ਮੈਂ ਕਿਹਾ ਵੀ ਚਲੋ ਰੁਕ ਜਾਈਏ ਥੋੜ੍ਹਾ ਜਿਹਾ ਚਿਰ हवेली च रुके ओए फोटो तो मैं दी खिच एक आइडिया आया मेनू लुगन मजाई खेली जाइ तू तीन ही तीन ही बंदे है ਬਗੈ ਤੂੰ ਬਾਰੀ ਦੇਂਗਾ ਆਪਾਂ ਜਾਣਾ ਜਾਣਾ ਮੈਂ ਬਾਰੀ ਕਹਿੰਦਾ ਜਾਣਾ ਕਿੱਥੇ ਗੱਡੀ ਜਾ ਸਕਦੀ ਮੈਂ ਜਾ ਸਕਦੀ ਆ ਕਹਿ ਦੂਜੀ ਗੱਡੀ ਚ ਲੱਦ ਕੇ ਜਮਾਤ ਪਹਿਲੀ ਮਾਈਟਰ ਤਾਰਾ ਸਿੰਘ ਇਧਰ ਪਾਊ ਗਜਣ ਸਿੰਘ ਕਹਿੰਦਾ ਕਰੇ ਉਹ ਬੱਗੇ ਬਾਪੂ ਤੇਰਾ ਸੱਜਣ ਸਿੰਘ ਤੇ ਕੰਜਣ ਸਿੰਘ ਆਪਾਂ ਉਹਦੇ ਡੈਡੀ ਦਾ ਨਾਂ ਸੱਜਣ ਸਿੰਘ ਆ ਤੇ ਚਾਚਾ ਦਾ ਨਾਂ ਕੰਜਣ ਸਿੰਘ ਇਹ ਪਤਾ ਨਹੀਂ ਇਹਨੇ ਕੀ ਪੈਸੇ ਦਿੱਤੇ ਇੱਥੇ ਹਿੱਸਾ ਕਿ ਨਹੀਂ ਹਵੇਲੀ ਚ ਕੰਜਣ ਅਸੀਂ ਤੇ ਬਹੁ ਤੇਰੇ ਕੋਲ ਆਏ ਹਾਂ ਬਾਪੂ ਤੇਰੇ ਦਾ ਨਾਂ ਉੱਥੇ ਲਿਖਿਆ ਫੜਿਆ ਗਿਆ ਤੁਹਾਡਾ ਹਿੱਸਾ ਹਵੇਲੀ ਚ ਰੋਟੀ ਹੁਣ ਤੂੰ ਖਵਾਏਗਾ ਰੋਟੀ ਹੁਣ ਤੂੰ ਖਵਾਏਗਾ ਇਹ ਵੀ ਟਾਈਮ ਹੁੰਦੇ ਸੀ ਕਦੇ ਗਿਆਰਾਂ ਵੱਜ ਗਿਆ ਨੂੰ ਹਵੇਲੀ ਅਤੇ ਬਾਪੂ ਲੋਹਾ ਲਾਖਾ ਹੋਈ ਫਿਰ ਡਿਆ ਘਰ ਜਾਂਦੇ ਨੂੰ ਲੱਗਦਾ ਡਾਂਗ ਨਾ ਚੁੱਕ ਲਿਆ ਅੱਜ ਹੈ ਓਏ 12 ਵੱਜ ਗਏ ਅਤੇ ਆਪਾਂ ਹੁਣ ਘਰ ਪਹੁੰਚੇ ਹਾਂ ਅਤੇ ਅਜੇ ਵੀ ਸਾਡੇ ਨਾਲ ਲੜੀ ਜਾਣ ਡਿਆ ਮਰ ਜਾਣਾ
चलो समाप्ति अपना कार व्यार कर लिए नवी वीडियो मिलते फिर के।